ਕਰੀਬ ਲੱਗ ਗਏ ਆ ਪਾਸੇ ਹੋ ਜਾਣਾ ਜਿਵੇਂ ਤੁਸੀਂ ਜਾਣਦੇ ਹੋ 11 ਜੂਨ ਕਦੇ ਸਾਡੇ ਪਰਿਵਾਰ ਦਾ ਵੀ ਬਹੁਤ ਵੱਡਾ ਦਿਨ ਹੋਇਆ ਕਰਦਾ ਸੀ ਔਰ ਪੁੱਤਰੇ ਸਾਰੇ ਜਿਉਂਦੇ ਜੀ ਆਪਣੀ ਜ਼ਿੰਦਗੀ ਨੂੰ ਸਮਾਜਿਕ ਪੱਖ ਸਮਾਜ ਸੇਵਾ ਦੇ ਵਿੱਚ ਲਾਉਣ ਲਈ ਕੋਈ ਕਸਰ ਨਹੀਂ ਛੱਡੀ ਮੇਰਾ ਖਿਆਲ ਹੈ ਜਿਸ ਦਿਨ ਤੋਂ ਹੀ ਅਸੀਂ ਪਿੰਡ ਦੇ ਸਰਪੰਚ ਬਣੇ ਸੀ ਉਸੇ ਦੋ ਦਿਨ ਤੋਂ ਹੀ ਆਪਾਂ ਇਹ ਕੈਂਸਰ ਕੈਂਪ ਦਾ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਲਗਾਤਾਰ ਬੇਟਾ ਜਿੰਨਾ ਚਿਰ ਵੀ ਜਿਉਂਿਆ ਇਸ ਕੈਂਸਰ ਕੇਅਰ ਦੀ ਟੀਮ ਦੇ ਨਾਲ ਉਹਦਾ ਲਗਾਤਾਰ ਰਾਬਤਾ ਰਿਹਾ ਚਾਹੇ ਉਹ ਬਠਿੰਡੇ ਤੋਂ ਕੈਂਸਰ ਟ੍ਰੇਨ ਨੂੰ ਲੰਗਰ ਦਾ ਹੋਵੇ ਮਰੀਜ਼ਾਂ ਦੀ ਸੇਵਾ ਦਾ ਹੋਵੇ ਉਹ ਨਿਰੰਤਰ ਉਹਦੇ ਮਨ ਦੇ ਵਿੱਚ ਕੈਂਸਰ ਦੇ ਪ੍ਰਤੀ ਕਿਉਂਕਿ ਉਹ ਸੋਚਦਾ ਸੀ ਕਿ ਜਿਹੜਾ ਮੇਰਾ ਇਲਾਕਾ ਹੈ ਇਹ ਕੋਟਨ ਬੈਲਟ ਹੈ ਇੱਥੋਂ ਜਾਂ ਪਾਣੀ ਦੂਸ਼ਿਤ ਹੈ ਇੱਥੋਂ ਦੀ ਹਵਾ ਪੰਜਾਬ ਭਰ ਤੋਂ ਸਭ ਤੋਂ ਵੱਧ ਦੂਸ਼ਿਤ ਹੈ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕੈਂਸਰ ਦੀ ਲਪੇਟ ਦੇ ਵਿੱਚ ਕਦੋਂ ਆ ਜਾਂਦੇ ਫਿਰ ਉਹ ਕੈਂਸਰ ਕੋਈ ਬਿਮਾਰੀ ਨਹੀਂ ਹੈ ਕੇਵਲ ਜਦੋਂ ਅਸੀਂ ਪ੍ਰਕੋਸ਼ਨ ਤੋਂ ਸਾਡਾ ਲਾਈਫ ਸਟਾਈਲ ਬਦਲ ਜਾਂਦਾ ਸਾਡੇ ਖਾਣ ਪੀਣ ਦਾ ਆਚਾਰ ਵਿਹਾਰ ਸਾਡਾ ਬਦਲ ਜਾਂਦਾ ਤਾਂ ਕੈਂਸਰ ਸ਼ੁਰੂ ਹੋ ਜਾਂਦਾ ਸਾਫ਼ ਹਵਾ ਤੋਂ ਪਰੇ ਹੋ ਜਾਂਦੇ ਹਾਂ ਸਾਫ਼ ਪਾਣੀ ਤੋਂ ਪਰੇ ਹੋ ਜਾਂਦੇ ਹਾਂ ਤਾਂ ਸਾਡੇ ਸਰੀਰ ਦੀ ਜਿਹੜੀ ਰੱਖਿਆ ਪ੍ਰਣਾਲੀ ਹੈ ਉਹ ਸਾਡੇ ਉਲਟ ਕੰਮ ਕਰਨਾ ਸ਼ੁਰੂ ਕਰ ਦਿੰਦੀ ਤੁਸੀਂ ਸਾਰੇ ਵੇਖੋ ਜਿਹੜੀਆਂ ਪੁਰਾਣੀਆਂ ਰੋਹ ਰੀਤਾਂ ਸੀ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਮਰਫੀ ਹੁੰਦੀਆਂ ਜਾ ਰਹੀਆਂ ਸਾਡੇ ਖਾਣ ਪੀਣ ਦੀ ਗੱਲ ਕਰ ਲਓ ਸਾਡੇ ਪਸ਼ੂਆਂ ਦਾ ਹਰਾ ਚਾਰਾ ਜਿਵੇਂ ਆਪਾਂ ਆਚਾਰ ਤੱਕ ਕਰ ਕੇ ਸੀਮਤ ਹੋ ਕੇ ਬਹਿ ਗਏ ਸਾਨੂੰ ਹਰ ਚੀਜ਼ ਰੈਡੀਮੇਡ ਖਾਣ ਦੀ ਆਦਤ ਪੈ ਗਈ ਡੱਬਾ ਬੰਦ ਲਫਾਫੇ ਵਾਲੀਆਂ ਚੀਜ਼ਾਂ ਵੱਲ ਅਸੀਂ ਸਾਰੇ ਆ ਗਏ ਅਸੀਂ ਫੂਡ ਸ਼ੰਕਰ ਸਾਡੇ ਜਿਹੜੇ ਪੁਰਾਣੇ ਖਾਣੇ ਸੀ ਉਹ ਸਾਰੇ ਵਿਸਾਰ ਦਿੱਤੇ ਨੇ ਸੌਖਾ ਕਰਨ ਲਈ ਆਸਾਨੀ ਨਾਲ ਉਪਲਬਧ ਹੋਣ ਵਾਲੇ ਭਾਵੇਂ ਘਟੀਆ ਵੀ ਹੋਣ ਅਸੀਂ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਆਹ ਪਿਛਲੇ ਦਿਨ ਤੁਸੀਂ ਪਿੰਡ ਵੱਜੋ ਉਹਨਾਂ ਦੀ ਇੱਕ ਲੜਕੀ ਦਾ ਕੈਂਸਰ ਆਇਆ ਤਾਂ ਡਾਕਟਰਾਂ ਨੇ ਕਾਰਨ ਦੱਸਿਆ ਵੀ ਉਹ ਕੁਰਕੁਰੇ ਲਗਾਤਾਰ ਖਾ ਰਹੀ ਹੈ ਤਾਂ ਤੁਸੀਂ ਬਾਜ਼ਾਰ ਖੜ੍ਹੇ ਜਾਂਦੇ ਹੋ ਪੈਕਟਾਂ ਦੇ ਵਿੱਚ ਲਫਾਫੇ ਦੁਕਾਨਦਾਰ ਤਾਂ ਸਭ ਤੋਂ ਬਾਹਰ ਟੰਗੇ ਹੁੰਦੇ ਆ ਉਹ ਪਤਾ ਨਹੀਂ 15 ਦਿਨ 47 ਤਾਪਮਾਨ 'ਚ ਪੈ ਰਹਿੰਦੇ ਨੇ 48 ਡਿਗਰੀ 'ਚ ਪਤਾ ਨਹੀਂ ਮਹੀਨਾ ਪੈ ਰਹਿੰਦੇ ਆ 2 ਮਹੀਨੇ ਪੈ ਰਹਿੰਦੇ ਨੇ ਪ੍ਰੰਤੂ ਅਸੀਂ 2 ਮਿੰਟ ਗੱਡੀ ਦੇ ਬ੍ਰੇਕ ਮਾਰਦੇ 4 ਪੈਕਟ ਅਤੇ ਕੋਲਡ ਡਰਿੰਕ ਲੈ ਕੇ ਕਾਰ ਦੇ ਵਿੱਚ ਵੜ ਜਾਂਦੇ ਹਾਂ ਪ੍ਰੰਤੂ ਸਾਨੂੰ ਉਹਦੀ ਸ਼ੁੱਧਤਾ ਦਾ ਉਹਦੇ ਜਿਹੜੇ ਮਾਪਦੰਡ ਹੈ ਉਹਦੀ ਐਕਸਪਾਇਰੀ ਦਾ ਕੋਈ ਧਿਆਨ ਨਹੀਂ ਰਹਿੰਦਾ ਵੀ ਉਹ ਕਿੰਨੇ ਟੈਂਪਰੇਚਰ ਜਿੱਥੇ ਰੱਖਣਾ ਚਾਹੀਦਾ ਸੀ ਕੀ ਮੈਂ ਉੱਥੋਂ ਲੈ ਕੇ ਆਇਆ ਕਿ ਨਹੀਂ ਲੈ ਕੇ ਆਇਆ ਜਿਹੜੇ ਅਸੀਂ ਖਾਣ ਪੀਣ ਦੇ ਪ੍ਰਤੀ ਇੰਨੇ ਲਾਪਰਵਾਹ ਹੋ ਗਏ ਡਾਕਟਰ ਸਾਹਿਬ ਬੈਠੇ ਨੇ ਯੂਕੇ ਵਰਗੇ ਮੁਲਕਾਂ ਨੇ ਵੀ ਕੈਂਸਰ ਦੇ ਅੱਗੇ ਹੱਥ ਖੜ੍ਹੇ ਕਰ ਦਿੱਤੇ ਇਹਨਾਂ ਨੇ ਸਾਰੇ ਸੰਸਾਰ 'ਤੇ ਰਾਜ ਕੀਤਾ ਅਤੇ ਪੈਸੇ ਦੇ ਪੱਖ ਤੋਂ ਸਾਰੇ ਮੁਲਕਾਂ ਤੋਂ ਇਹਨਾਂ ਦੀ ਆਰਥਿਕਤਾ ਮਜ਼ਬੂਤ ਹੈ ਉਹ ਮੁਲਕ ਵੀ ਕੈਂਸਰ ਦੇ ਅੱਗੇ ਹੱਥ ਖੜ੍ਹੇ ਕਰੇ ਪਰ ਇਹਦਾ ਇਲਾਜ ਨਾਲੋਂ ਜਿਹੜਾ ਪਰਹੇਜ਼ ਬਹੁਤ ਬਿਹਤਰ ਹੈ ਜਿਹੜਾ ਆਹ ਕੈਂਸਰ ਕੈਂਪ ਲੱਗਦਾ ਇਹਦਾ ਮਤਲਬ ਵੀ ਇਹ ਹੈ ਵੀ ਤੁਹਾਡੇ ਦਿਮਾਗ ਦੇ ਵਿੱਚ ਇੱਕ ਗੱਲ ਭਰੀ ਜਾਵੇ ਇਲਾਜ ਨਾਲੋਂ ਪਰਹੇਜ਼ ਚੰਗਾ ਇਲਾਜ ਦੀ ਨੌਬਤ ਹੀ ਨਹੀਂ ਆਉਂਦੀ ਜੇ ਤੁਸੀਂ ਇਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਮੰਨ ਲਵਾਂ
ਤੁਸੀਂ ਦੇਖੋਗਾ ਕਿ ਕੋਈ ਬਿਹਾਰ ਦਾ ਪੂਰਬੀ ਹੈ ਜਿਹੜੇ ਆਪਣੇ ਕੰਮ ਕਰਕੇ ਉਹ ਇੱਕ ਅੱਧਾ ਕੋਈ ਬੰਦਾ ਜਨਤਾ ਮੀਟਿੰਗ ਕਰਦਾ ਹੁੰਦਾ ਸੀ, ਹੁਣ ਸਾਡੇ ਪੰਜਾਬੀਆਂ ਦੇ ਹਰੇਕ ਦੇ ਗਿੱਜੇ ਵਿੱਚ ਜਰਦਾ ਜਿਹੜਾ ਸਭ ਤੋਂ ਵੱਧ ਖਤਰਨਾਕ ਹੈ। ਸਾਰਾ ਦਿਨ ਅਸੀਂ ਸਮਝਾ ਸਮਝਾ ਕੇ ਮੈਂ ਬਹੁਤ ਜਨਤੇ ਵਾਲੇ ਨਾਲ ਹੱਥ ਜੋੜ ਕੇ ਵੀ ਬੇਨਤੀਆਂ ਕਰਕੇ ਵੇਖੀਆਂ, ਪਰੰਤੂ ਉਹ ਖਾਣਾ ਨਹੀਂ ਛੱਡਦੇ। ਹੈ 2 ਮਿੰਟ ਦੀ ਭਲ ਹੈ, ਉਹਦਾ ਬਦਲ ਲੱਭ ਕੇ ਕੋਈ ਹੋਰ ਚੀਜ਼ ਟੇਸਟ ਵਾਲੀ ਦੇ ਕੇ ਉਹਨੂੰ ਖਹਿੜਾ ਛਡਾਇਆ ਜਾ ਸਕਦਾ, ਪਰੰਤੂ ਜੇ ਮਨਸ਼ਾ ਹੋਵੇ ਤਾਂ ਮੈਂ ਜਨਤੇ ਵਾਲੇ ਵੀਰਾਂ ਨੂੰ ਰਿਕੁਐਸਟ ਕਰਦਾ ਵੀ ਤੁਸੀਂ ਕਦੇ ਲੁਧਿਆਣੇ ਦੇ ਉਸ ਵੱਲ ਹਸਪਤਾਲ ਦੇ ਵਿੱਚ ਕੈਂਸਰ ਵਾਰਡ ਦਾ ਟੂਰ ਜ਼ਰੂਰ ਕੱਢ ਕੇ ਆਇਓ, ਤਾਂ ਤੁਹਾਨੂੰ ਅਕਲ ਆਪਣੇ ਆਪ ਆ ਜੂ ਕਿ ਅਸੀਂ ਕਿੱਡੀ ਗਲਤ ਚੀਜ਼ ਖਾ ਰਹੇ ਹਾਂ। ਸੋ ਅੱਜ ਵੀ ਮੈਨੂੰ ਆਸ ਸੀ ਵੀ ਘੱਟੋ ਘੱਟ 500-400 ਬੰਦਾ ਦਾ ਟੈਸਟ ਵਾਲਾ ਪਹੁੰਚੂਗਾ, ਦੇਖੋ ਬਹੁਤ ਘੱਟ ਲੋਕ ਕੈਂਸਰ ਦੇ ਨਾਮ ਤੋਂ ਡਰਦੇ ਆ, ਟੈਸਟ ਕਰਾਉਣ ਤੋਂ ਡਰਦੇ ਆ, ਪਰੰਤੂ ਜੇ ਆਪਾਂ ਇਹਨੂੰ ਪਹਿਲੀ ਸਟੇਜ 'ਤੇ ਫੜ ਲੈਂਦੇ ਤਾਂ ਕੁਛ ਵੀ ਨਹੀਂ, ਬੁਖਾਰ ਵਰਗੀ ਦਵਾਈ ਨਾਲ ਤੁਹਾਡਾ ਕੈਂਸਰ ਹੈ ਜਿਹੜਾ ਠੀਕ ਹੋ ਜਾਂਦਾ। ਸੈਕਿੰਡ 'ਤੇ ਚਲਾ ਗਿਆ, ਥਰਡ ਸਟੇਜ 'ਤੇ ਚਲਾ ਗਿਆ, ਫਿਰ ਕੋਈ ਹੱਲ ਨਹੀਂ, ਤਿਲ ਤਿਲ ਕਰਕੇ ਮਰਨ ਤੋਂ ਇਲਾਵਾ ਫਿਰ ਕੋਈ ਦੂਜੀ ਤੁਹਾਡੇ ਕੋਲ ਆਪਸ਼ਨ ਨਹੀਂ ਬਚਦੀ। ਤਾਂ ਮੈਂ ਸਾਰੇ ਨਗਰ ਨੂੰ ਸਪੀਕਰ ਤੋਂ ਲਗਾਤਾਰ ਰਹਿ ਰਸ ਵੇਲੇ ਸ਼ਾਮ ਨੂੰ ਵੀ ਬੋਲਦੇ ਹਾਂ, ਸਵੇਰੇ ਵੀ ਬੋਲਦੇ ਹਾਂ ਵੀ ਕੈਂਪ ਲਾਉਣ ਦਾ ਮਕਸਦ ਹੈ ਤੁਹਾਡੀ ਹਾਜ਼ਰੀ ਭਰਨੀ ਹੋਵੇ, ਤੁਹਾਡੇ ਵੱਧ ਤੋਂ ਵੱਧ ਟੈਸਟ ਹੋਵੇ। ਜੇ ਸਾਡੇ ਪਿੰਡ ਦੀ ਆਬਾਦੀ 500 ਹੈ ਤਾਂ ਘੱਟੋ ਘੱਟ 1000 ਟੈਸਟ ਤਾਂ ਸਾਡੇ ਹੋਣੇ ਚਾਹੀਦੇ, ਫਿਰ ਸਾਡਾ ਕੈਂਪ ਸਫਲ ਹੁੰਦਾ ਹੈ। ਟੋਟਲ ਫਰੀ ਹੈ, ਕੋਈ ਤੁਹਾਡਾ ਪੈਸਾ ਨਹੀਂ ਲੱਗਦਾ, ਤੁਸੀਂ 5 ਮਿੰਟ ਆਓ, ਤੁਹਾਨੂੰ ਸ਼ਬੀਰ ਦਾ ਪਾਣੀ, ਧਾਰੀ ਚਾਹ ਪਾਣੀ ਦਾ ਪ੍ਰਬੰਧ ਕਰਾਂਗੇ ਸਾਰੀ, ਪਰ ਇੱਥੇ ਆਉਣ ਦੀ ਖੇਚਲਾ ਮੈਂ ਕਰੋ ਸਰ, ਖਾਸ ਕਰਕੇ ਮੇਰੀਆਂ ਭੈਣਾਂ ਨੂੰ ਹੈ, ਕਿਉਂਕਿ ਜਿਹੜੀ ਮੈਮੋਗ੍ਰਾਫੀ ਹੈ ਜਿਹੜੇ ਟੂਰ ਦੇ ਟੈਸਟ ਹੋਣਾ ਬਹੁਤ ਮਹਿੰਗਾ ਟੈਸਟ ਹੈ ਅਤੇ ਬੜੀ ਪਸੰਦੀ ਨਾਲ ਕੀਤਾ ਜਾਂਦਾ, ਬੜੀ ਵਧੀਆ ਤਰੀਕੇ ਨਾਲ ਮਾਹਰ ਡਾਕਟਰਾਂ ਵੱਲੋਂ ਉਹਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਤਾਂ ਸਾਡੇ ਸਾਰੇ ਨਗਰ ਦੇ ਚਰਨ 'ਚ ਮੈਂ ਬੇਨਤੀ ਕਰਦਾ, ਆਸੇ ਪਾਸੇ ਇਲਾਕੇ ਦੇ ਇਲਾਕਾ ਦੇ ਚਰਨ 'ਚ ਬੇਨਤੀ ਕਰਦਾ, ਤੁਸੀਂ ਵੱਧ ਤੋਂ ਵੱਧ ਆ ਕੇ ਇਸ ਕੈਂਪ ਦਾ ਫਾਇਦਾ ਉਠਾਓ, ਅਤੇ ਆਪਾਂ ਕੋਸ਼ਿਸ਼ ਕਰਾਂਗੇ ਪੁੱਤ ਵੱਲੋਂ ਸ਼ੁਰੂ ਕੀਤੀ ਗਈ ਇਹ ਲੜੀ ਹੈ ਜਿਹੜੀ, ਇਹਨੂੰ ਆਪਾਂ ਰੈਗੂਲਰ ਰੱਖਾਂਗੇ, ਇਹਦੇ ਵਿੱਚ ਕੁਛ ਹੋਰ ਐਡ ਹੋ ਸਕਦਾ ਹੋਇਆ, ਹੋਰ ਮਾਹਰ ਡਾਕਟਰਾਂ ਦੀਆਂ ਟੀਮਾਂ ਕੋਈ ਆਪਾਂ ਲਿਆ ਸਕਦੇ ਹੋਏ ਉਹ ਵੀ ਲਿਆਵਾਂਗੇ। ਇੱਕ ਬੇਨਤੀ ਮੈਂ ਇਸ ਜਨਮ ਦਿਨ ਦੇ ਉੱਤੇ ਸਾਰੇ ਪੁੱਤ ਨੂੰ ਚਾਹੁਣ ਵਾਲੇ ਫੈਨ ਕਹਿ ਲਓ ਜੇ ਭੈਣ ਭਰਾ ਕਹਿ ਲਓ ਵੀ ਤੁਸੀਂ ਜ਼ਿਆਦਾ ਕੇਕ ਨਹੀਂ ਲੈ ਕੇ ਆਉਂਦੇ, ਕਿਉਂਕਿ ਕੇਕ ਆਪਣੇ ਕੋਲ ਸੈਂਕੜਿਆਂ ਦੀ ਗਿਣਤੀ ਜਦੋਂ ਹੋ ਜਾਂਦੇ ਨੇ ਉਹ ਵੇਸਟੇਜ ਆਉਂਦੇ ਆ, ਉਹ ਕਿਸੇ ਕੰਮ ਨਹੀਂ ਆਉਂਦੇ, ਉਹਦੇ ਨਾਲ ਚੰਗਿਆਂ ਦਾ ਘੱਟੋ ਘੱਟ ਆਪਾਂ ਜੇ ਕਿਸੇ ਗਰੀਬ ਦੇ ਚੱਪਲੀ ਪੈਰਾਂ 'ਚ ਪਾ ਦੀ ਉਹ 6 ਮਹੀਨੇ ਦਾ ਗਰਮੀ ਆਪਣੀ ਘੱਟ ਜਾਊਗੀ, ਜਿਹੜੀ ਤੁਹਾਡਾ ਮਿਹਨਤ ਦਾ ਪੈਸਾ 1 ਰੁਪਈਆ ਵੀ ਖਰਾਬ ਨਹੀਂ ਹੋਣਾ ਚਾਹੀਦਾ, ਜੇ ਉਹ ਲੱਗੇਗਾ ਕਿਸੇ ਕਾਰਜ ਦੇ ਉੱਤੇ ਲੱਗੇ ਤਾਂ ਮੇਰੀ ਇਸ ਬੇਨਤੀ ਨੂੰ ਤੁਸੀਂ ਮਨਜ਼ੂਰ ਕਰੋ, ਅੱਗੇ ਤੋਂ ਆਪਾਂ ਬਹੁਤੇ ਜਿਹੜੇ ਕੇਕ ਹੈ ਉਹ ਇਕੱਠੇ ਨਹੀਂ ਕਰਨੇ, ਫਿਰ ਉਹ ਦਵਾ ਦਵਾ ਉਹਨਾਂ ਦੀ ਮੈਨੂੰ ਵੇਸਟੇਜ ਹੀ ਲੱਗਦੀ ਹੈ। ਤਾਂ ਤੁਹਾਡੀ ਸ਼ਰਧਾ ਮੈਂ ਸਮਝ ਸਕਦਾ, ਜਦੋਂ ਤੁਸੀਂ ਆਓਗੇ ਜਨਮਦਿਨ ਦੇ ਉੱਤੇ ਤਾਂ ਆਪਾਂ ਕੋਈ ਨੇਕ ਕਾਰਜ ਕਰਕੇ ਸਮਾਜ ਦੀ ਸੇਵਾ ਵਾਲੇ ਪਾਸੇ ਨੂੰ ਕਿਸੇ ਮਰੀਜ਼ ਦਾ ਕੋਈ ਫਾਇਦਾ ਕਰਾਂਗੇ, ਕਿਸੇ ਨੂੰ ਉਹੀ 100-50 ਰੁਪਏ ਦੀ ਦਵਾਈ ਦੇਵਾਂਗੇ ਜਾਂ ਕੁਛ ਵੀ ਜਿੱਥੇ ਲੋੜ ਹੈ ਉੱਥੇ ਪੈਸਾ ਖਰਚ ਕਰਾਂਗੇ, ਤਾਂ ਆਪਾਂ ਕੇਕ ਅੱਗੇ ਤੋਂ ਨਹੀਂ ਲੈ ਕੇ ਆਉਣਾ। ਇੰਨੀ ਕੁ ਮੇਰੀ ਜਿਹੜੀ ਅਪੀਲ ਹੈ, ਮੇਰੀ ਬੇਨਤੀ ਹੈ ਮਨਜ਼ੂਰ ਕਰੋ। ਤੁਸੀਂ ਸਾਰੇ ਇੱਥੇ ਆਏ ਹੋ, ਸਮੁੱਚੇ ਡਾਕਟਰ ਟੀਮ ਦਾ, ਕੈਂਸਰ ਕੇਅਰ ਦੇ ਸਾਰੀ ਟੀਮ ਦਾ, ਪੱਤਰਕਾਰ ਭਰਾਵਾਂ ਦਾ ਜੇ ਸਾਡੇ ਸੁਨੇਹੇ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।